ਝੋਲੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ ਮੁੱਕ ਇਹਨਾਂ ਨੋਟ ਪਏ ਬੈਂਕਾਂ ਚ ਬਥੇਰੇ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਹ ਸਾਲੀਏ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜਿੰਨੇ ਅੱਜ ਵੀ ਅਸੀਂ ਜਿਹੜੇ ਉਹ ਕੋਈ 24 ਤੋਂ 25 ਪਿੰਡ ਜਿਹੜੇ ਕੱਢਣੇ ਆ ਪਰ ਹਰ ਪਿੰਡ ਜਿਹੜੇ ਜਾ ਰਹੇ ਹਾਂ ਬੇਸ਼ੱਕ ਥੋੜ੍ਹਾ ਥੋੜ੍ਹਾ ਲੇਟ ਹੁੰਦੇ ਹਾਂ ਥੋੜ੍ਹਾ ਨਹੀਂ ਘੰਟਾ ਘੰਟਾ ਵੀ ਲੇਟ ਹੁੰਦੇ ਹਾਂ ਪਰ ਲੋਕ ਇੰਤਜ਼ਾਰ ਕਰਦੇ ਆ ਕਿਉਂ ਕਿਉਂਕਿ ਪਿਆਰ ਕਰਦੇ ਆ ਕਲਾਕਾਰਾਂ ਨੂੰ ਕਲਾਕਾਰੀ ਨੂੰ ਪਿਆਰ ਕਰਦੇ ਆ ਔਰ ਜਿਹੜੇ ਵੀ ਪਿੰਡ ਅਸੀਂ ਜਾਂਦੇ ਹਾਂ ਉਸ ਪਿੰਡ ਦੇ ਜਿੰਨੇ ਵੀ ਪਤਵੰਤੇ ਸੱਜਣ ਆ ਜਿਹੜੇ ਉਹ ਸਭ ਤੋਂ ਮੋਹਰੀ ਆ ਔਰ ਪੂਰਾ ਉਤਸ਼ਾਹ ਉਹਨਾਂ ਦੇ ਵਿੱਚ ਕਿ ਜਿਹੜੀਆਂ 1 ਤਰੀਕ ਨੂੰ ਵੋਟਾਂ ਔਰ ਪੂਰੇ ਬਹੁਮਤ ਦੇ ਨਾਲ ਜਿਹੜਾ ਜਿੱਤਣਗੇ ਕਰਮਜੀਤ ਅਨਮੋਲ ਜੀ ਮੈਨੂੰ ਐਸੀ ਉਮੀਦ ਹੈ ਕਿ ਜਿਹੜਾ ਇਹਨਾਂ ਦੀ ਜਿੱਤ ਪੱਕੀ ਆ ਬਾਬੂ ਰੋਜ਼ ਨਵਾਂ ਕਲਾਕਾਰ ਜਿਹੜੇ ਆ ਕੰਪੇਨ ਦੇ ਵਿੱਚ ਆ ਰਹੇ ਆ ਕਿਸ ਤਰ੍ਹਾਂ ਦਾ ਪਿਆਰ ਕਰਦੀ ਹੈ ਫਿਲਮ ਇੰਡਸਟਰੀ ਦੀ ਔਰ ਲੋਕਾਂ ਦਾ ਕੀ ਕਹਿਣਾ ਦੇਖੋ ਜੋ ਪੂਰੀ ਪੰਜਾਬੀ ਫਿਲਮ ਇੰਡਸਟਰੀ ਕਰਮਜੀਤ ਅਨਮੋਲ ਦੇ ਨਾਲ ਖੜ੍ਹੀ ਹੈ ਤਾਂ ਉਹਦਾ ਇੱਕ ਕਾਰਨ ਹੈ ਰੀਜ਼ਨ ਹੈ ਔਰ ਉਹ ਇਹ ਹੈ ਕਿ ਇਹ ਇੰਨਾ ਕੁ ਵਧੀਆ ਇਨਸਾਨ ਹੈ ਜਿੰਨਾ ਵਧੀਆ ਕਲਾਕਾਰ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਇਹ ਵਧੀਆ ਇਨਸਾਨ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਅਗਰ ਕੋਈ ਉਹੋ ਜਿਹਾ ਬੰਦਾ ਹੋਵੇ ਤਾਂ ਉਹਦੇ ਨਾਲ ਕੋਈ 2 ਕਲਾਕਾਰ ਜਾਂ 4 ਕਲਾਕਾਰ ਆ ਜਾਣਗੇ ਹੈ ਨਾ 5-6 ਆ ਜਾਣਗੇ ਇਹ ਸਾਰੀ ਪੰਜਾਬੀ ਫਿਲਮ ਇੰਡਸਟਰੀ ਉੱਲੜ ਕੇ ਆਪਣਾ ਫਰਜ਼ ਸਮਝਦਾ ਹਰ ਬੰਦਾ ਮੈਂ ਵੀ ਸ਼ੂਟਿੰਗ 2 ਉੱਧਰੋਂ ਖਤਮ ਜਲਦੀ ਜਲਦੀ ਕਰਕੇ ਅਤੇ ਸ਼ੂਟ ਕੁਛ ਬੰਦੇ ਸ਼ੂਟਿੰਗ ਦੇ ਵਿੱਚੋਂ ਟਾਈਮ ਮਿਲਿਆ ਉਹ ਕਲਾਕਾਰ ਆਏ ਸੋ ਮੈਨੂੰ ਵੀ ਮਿਲਿਆ ਤਾਂ ਮੈਂ ਵੀ ਆਪਣਾ ਇਹ ਫਰਜ਼ ਹੁਣ ਅੱਗੇ ਜਿਵੇਂ 7-8 ਦਿਨ 10 ਦਿਨ ਜਿੰਨਾ ਵੀ ਚੱਲੇਗਾ ਤਾਂ ਉਹ ਕਰਮਜੀਤ ਅਨਮੋਲ ਜੀ ਦੇ ਨਾਲ ਹੈ ਸੋ ਪੂਰੇ ਜਿਹੜਾ ਇਹਦੇ ਨਾਲ ਜਿਹੜਾ ਅਸੀਂ ਖੜ੍ਹ ਰਹੇ ਹਾਂ ਜੀ ਪੂਰੀ ਜ਼ਿੰਮੇਵਾਰੀ ਦੇ ਨਾਲ ਅਤੇ ਇਹਦੀ ਸਪੋਰਟ ਕਰ ਰਹੇ ਹਾਂ ਅਸੀਂ ਗੁਰਮੀ ਜੀ ਦੂਜੇ ਪਾਸੇ ਵੀ ਕਲਾਕਾਰ ਨੇ ਹੰਸਰਾਜ ਹੰਸ ਨੇ ਕਰਮਜੀਤ ਅਨਮੋਲ ਵੀ ਉਹਨਾਂ ਨੂੰ ਆਪਦੇ ਵੱਡੇ ਭਰਾ ਮੰਨਦੇ ਨੇ ਉਹਨਾਂ ਬਾਰੇ ਕੀ ਜੀ ਦੇਖੋ ਹੰਸਰਾਜ ਹੰਸ ਜੀ ਸਾਡੇ ਉਸਤਾਦ ਨੇ ਅਸੀਂ ਉਹਨਾਂ ਨੂੰ ਸੁਣ ਕੇ ਉਹਨਾਂ ਨੂੰ ਦੇਖ ਕੇ ਅਸੀਂ ਫਿਲਮਾਂ ਵੱਲ ਮੁੜੇ ਹਾਂ ਅਸੀਂ ਗਾਇਕੀ ਵੱਲ ਮੁੜੇ ਹਾਂ ਠੀਕ ਹੈ ਜੀ ਸੋ ਉਹ ਉਸਤਾਦ ਲੋਕ ਨੇ ਅਤੇ ਇਹ ਗੱਲ ਹੁਣ ਵੱਖਰੀ ਹੈ ਕਿ ਜਦ ਕੋਈ ਅਖਾੜੇ ਦੇ ਵਿੱਚ 2 ਭਲਵਾਨ ਉਤਰਦੇ ਆ ਤਾਂ ਦੋਵਾਂ ਦੇ ਵਿੱਚੋਂ ਇੱਕ ਨੇ ਤਾਂ ਢਹਿਣਾ ਹੀ ਹੁੰਦਾ ਹੈ ਨਾ ਜੀ ਸੋ ਆਪਾਂ ਦੇਖਦੇ ਹਾਂ ਕਿ ਜਿਹੜਾ ਲੋਕਾਂ ਦਾ ਇਨਸਾਫ ਹੈ ਲੋਕਾਂ ਦੀ ਸੋਚ ਹੈ ਉਹ ਕਿੱਥੇ ਜਾਂਦੀ ਹੈ ਸੋ 1 ਤਰੀਕ ਤੋਂ ਬਾਅਦ ਮੇਰਾ ਖਿਆਲ ਆਪਾਂ ਨੂੰ ਦੇਖ ਲਓ ਵੀ ਇਹਦੀਆਂ ਜਦੋਂ ਰਿਜ਼ਲਟ ਆਇਆ ਤਾਂ ਆਪਾਂ ਨੂੰ ਪਤਾ ਲੱਗ ਹੀ ਜਾਣਾ ਸੋ ਇਹ ਬਾਬਿਓ ਬਾਕੀ ਇਹ ਸਿਆਸਤ ਹੈ ਤਾਂ ਆਪਾਂ ਜ਼ਿਆਦਾ ਤਾਂ ਨਹੀਂ ਆਪਾਂ ਨੂੰ ਤਾਂ ਸਾਡੇ ਵਾਸਤੇ ਸਾਰੇ ਜਿਹੜੇ ਹੈ ਉਹ ਜਿਹੜੇ ਹੈ ਮਾਣ ਸਨਮਾਨ ਵਾਲੇ ਬੰਦੇ ਨੇ ਸਾਡੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਪਰ ਸਾਡੇ ਤਾਂ ਉਹ ਮਾਣਯੋਗ ਨੇ ਕੀ ਅਪੀਲ ਕੀ ਹੈ ਲੋਕਾਂ ਨੂੰ ਲੋਕਾਂ ਨੂੰ ਅਪੀਲ ਇਹ ਹੈ ਜੀ ਕਿ ਸਾਡੇ ਕਰਮਜੀਤ ਅਨਮੋਲ ਨੂੰ ਜਿਤਾ ਕੇ ਅਤੇ ਉਹਨਾਂ ਨੂੰ ਆਪਾਂ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜੀਏ ਜਿਹੜਾ ਬੰਦਾ ਉੱਥੇ ਬੋਲ ਸਕਦਾ ਜਾ ਕੇ ਨਾ ਕਿ ਸੌਂਜੇ ਠੀਕ ਹੈ ਜੀ ਉੱਥੇ ਇਹ ਬੰਦਾ ਬੋਲੇਗਾ ਇਹ ਬੰਦਾ ਰੱਜੀ ਰੂਹ ਦਾ ਬੰਦਾ ਬਹੁਤ ਵਧੀਆ ਇਨਸਾਨ ਹੈ ਠੀਕ ਹੈ ਜੀ ਔਰ ਇਹ ਸਾਡੀਆਂ ਜਿਹੜੀਆਂ ਉਮੀਦਾਂ 'ਤੇ ਜਨਤਾ ਦੀਆਂ ਉਮੀਦਾਂ 'ਤੇ ਇਹ ਖਰਾ ਉਤਰੂਗਾ ਇਹ ਮਤਲਬ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਸਾਡੀ ਪੰਜਾਬੀ ਫਿਲਮ ਇੰਡਸਟਰੀ ਇਹ ਗੱਲ ਦਾਅਵੇ ਨਾਲ ਕਹਿ ਸਕਦੀ